ਸਤਿ ਸ਼੍ਰੀ ਅਕਾਲ, ਮੈਂ ਦੀਪਨ। ਅਕਾਲ ਚੈਨਲ ਦੇਖਦੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਜ਼ਰ ਹਾਂ ਇੱਕ ਖਾਸ ਪ੍ਰੋਗਰਾਮ ਲੈ ਕੇ। ਇਸ ਪ੍ਰੋਗਰਾਮ ਦੇ ਜ਼ਰੀਏ ਆਪਾਂ ਨਜ਼ਰ ਮਾਰਾਂਗੇ ਪੰਜਾਬ ਦੀ ਰਾਜਨੀਤੀ 'ਤੇ। ਇਸ ਵਾਰ ਗੱਲ ਕਰਾਂਗੇ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਦੀ। ਸ੍ਰੀ ਅਨੰਦਪੁਰ ਸਾਹਿਬ ਦੀ ਸੀਟ ਬਾਰੇ ਕਿਹਾ ਜਾਂਦਾ ਕਿ ਜੋ ਵੀ ਉਮੀਦਵਾਰ ਇੱਥੋਂ ਜਿੱਤਦਾ ਉਸਦੀ ਹੀ ਦਿੱਲੀ ਵਿੱਚ ਕੇਂਦਰ ਵਿੱਚ ਜਾ ਕੇ ਸਰਕਾਰ ਬਣਦੀ ਹੈ। ਸ੍ਰੀ ਅਨੰਦਪੁਰ ਸਾਹਿਬ ਵਿੱਚ 16 ਲੱਖ ਤੋਂ ਜ਼ਿਆਦਾ ਵੋਟਰ ਨੇ। 2014 'ਚ ਚੋਣਾਂ ਦੀ ਗੱਲ ਕਰੀਏ ਤਾਂ ਅਕਾਲੀ ਦਲ ਨੇ ਇੱਥੋਂ ਬਾਜ਼ੀ ਮਾਰੀ ਸੀ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਾਂਗਰਸ ਦੀ ਉਮੀਦਵਾਰ ਅੰਬਿਕਾ ਸੋਨੀ ਨੂੰ ਅਤੇ ਪਹਿਲੀ ਵਾਰ ਲੋਕ ਸਭਾ ਚੋਣ ਲੜ ਰਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ। ਅਤੇ ਜੇ ਗੱਲ ਕੀਤੀ ਜਾਵੇ 2009 ਦੀਆਂ ਲੋਕ ਸਭਾ ਚੋਣਾਂ ਦੀਆਂ ਤਾਂ ਬਾਜ਼ੀ ਕਾਂਗਰਸ ਨੇ ਮਾਰੀ ਸੀ। ਉਹਨਾਂ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਇੱਥੋਂ ਜਿੱਤ ਪ੍ਰਾਪਤ ਕੀਤੀ ਸੀ। ਇਸ ਵਾਰ ਅਨੰਦਪੁਰ ਸਾਹਿਬ ਦੀ ਸੀਟ ਕਾਫੀ ਚਰਚਾ ਵਿੱਚ ਹੈ ਕਿਉਂਕਿ ਪਹਿਲਾਂ ਟਕਸਾਲੀਆਂ ਦਾ PDA ਨਾਲ ਅਤੇ ਬਾਅਦ ਵਿੱਚ ਆਮ ਆਦਮੀ ਪਾਰਟੀ ਨਾਲ ਗੱਠਜੋੜ ਸਿਰੇ ਨਹੀਂ ਸੀ ਚੜਿਆ, ਜਿਸ ਕਰਕੇ ਇਹ ਸੀਟ ਦਾ ਮੁਕਾਬਲਾ ਕਾਫੀ ਰੋਚਕ ਦੇਖਣ ਨੂੰ ਮਿਲੇਗਾ। ਸੋ ਪਹਿਲਾਂ ਗੱਲ ਕਰਦੇ ਹਾਂ ਮੌਜੂਦਾ ਸਾਂਸਦ ਪ੍ਰੇਮ ਸਿੰਘ ਚੰਦੂ ਮਾਜਰਾ ਦੀ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਆਪਣੇ ਹਲਕੇ ਦੇ ਵਿਕਾਸ ਕਾਰਜਾਂ ਲਈ ਹਰ ਵਾਰ ਗੱਲ ਕੀਤੀ ਜਾਂਦੀ ਹੈ ਅਤੇ ਕੈਪਟਨ ਸਰਕਾਰ ਨੂੰ ਹਰ ਵਾਰ ਘੇਰਿਆ ਵੀ ਜਾਂਦਾ ਅਤੇ ਹੁਣ ਕਾਂਗਰਸ ਵੱਲੋਂ ਮਨੀਸ਼ ਤਿਵਾਰੀ ਨੂੰ ਟਿਕਟ ਦਿੱਤੀ ਗਈ ਹੈ, ਜਿਸ 'ਤੇ ਚੰਦੂ ਮਾਜਰਾ ਨੇ ਤੰਜ ਕਸੇ ਹੈ ਅਤੇ ਕਿਹਾ ਕਿ ਕਾਂਗਰਸ ਕੋਲ ਉਹਨਾਂ ਦੇ ਮੁਕਾਬਲੇ ਕੋਈ ਹੋਰ ਉਮੀਦਵਾਰ ਲੱਭਿਆ ਹੀ ਨਹੀਂ ਤਾਂ ਜੋ ਉਹਨਾਂ ਨੇ ਮਨੀਸ਼ ਤਿਵਾਰੀ ਨੂੰ ਟਿਕਟ ਦਿੱਤੀ ਹੈ, ਜਿਸ ਦਾ ਅਕਾਲੀ ਦਲ ਨੂੰ ਭਰਪੂਰ ਫਾਇਦਾ ਹੋਵੇਗਾ। ਸਿੰਘ ਵੱਲੋਂ ਨਾਰਾਜ਼ ਕਾਂਗਰਸ ਨਾਲ ਮੀਟਿੰਗ ਕਰਨਾ ਹੀ ਇਸ ਗੱਲ ਦਾ ਪ੍ਰਤੱਖ ਸਬੂਤ ਆ ਕਿ ਕਾਂਗਰਸ ਦੀ ਹਾਈਕਮਾਂਡ ਨੇ ਅਨੰਦਪੁਰ ਸਾਹਿਬ ਹਲਕੇ ਲਈ ਜਿਹੜਾ ਉਮੀਦਵਾਰ ਭੇਜਿਆ ਉਹਨੂੰ ਇੱਥੋਂ ਦੇ ਕਾਂਗਰਸ ਹੀ ਐਕਸੈਪਟ ਕਰਨ ਨੂੰ ਤਿਆਰ ਨਹੀਂ। ਸੱਚੀ ਮੁੱਚੀ ਜੇ ਬਿਨਾਂ ਰਾਜਨੀਤੀ ਤੋਂ ਮੈਂ ਗੱਲ ਕਰਾਂ ਤਾਂ ਵੀ ਅਨੰਦਪੁਰ ਸਾਹਿਬ ਹਲਕੇ ਦੇ ਕਾਂਗਰਸੀਆਂ ਦੀ ਬਹੁਤ ਵੱਡੀ ਤਹੀਨ ਹੋਈ ਆ ਔਰ ਅਨੰਦਪੁਰ ਸਾਹਿਬ ਹਲਕੇ ਦੇ ਕਾਂਗਰਸੀਆਂ ਦੀ ਬਹੁਤ ਵੱਡੀ ਬੇਇੱਜ਼ਤੀ ਹੋਈ ਆ ਵੀ ਸਾਰੇ ਅਨੰਦਪੁਰ ਸਾਹਿਬ ਹਲਕੇ 'ਚ ਕੋਈ ਇੱਕ ਵੀ ਕਾਂਗਰਸੀ ਚੰਗਾ ਨਹੀਂ ਲੱਭਿਆ ਜਿਹੜਾ ਮੇਰੇ ਮੁਕਾਬਲੇ ਕਾਂਗਰਸ ਖੜ੍ਹਾ ਕਰ ਦਿੰਦੀ। ਫਿਰ ਦੂਜੀ ਗੱਲ, ਪੰਜਾਬ ਦੇ ਵਿੱਚੋਂ ਕੋਈ ਕਾਂਗਰਸ ਨਹੀਂ ਲੱਭਿਆ ਜਿਹੜਾ ਪੰਜਾਬ ਦੇ ਵਿੱਚੋਂ ਲੱਭ ਕੇ ਕੋਈ ਮੇਰੇ ਮੁਕਾਬਲੇ ਖੜ੍ਹਾ ਕਰ ਦਿੰਦੇ। ਪੰਜਾਬ ਤੋਂ ਬਾਹਰ ਅਨੰਦਪੁਰ ਸਾਹਿਬ ਤੋਂ ਬਾਹਰ ਲਿਆ ਕੇ ਉਮੀਦਵਾਰ ਅਨੰਦਪੁਰ ਸਾਹਿਬ ਵਰਗੀ ਧਰਤੀ 'ਤੇ ਲਿਆਉਣਾ ਇਹ ਤਾਂ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਵੀ ਚੁਣੌਤੀ ਦਿੱਤੀ ਹੈ ਤਾਂ ਅਨੰਦਪੁਰ ਸਾਹਿਬ ਦੀ ਧਰਤੀ ਦੀ ਵੀ ਬੇਨਤੀ ਕੀਤੀ ਆ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਮਜਬੂਰ ਹੋ ਕੇ ਹੁਣ ਕਰਨਾ ਪੈ ਰਿਹਾ, ਨਾਲੇ ਜਿਵੇਂ ਹੁਣ ਕਾਂਗਰਸ ਦੇ ਵਜ਼ੀਰ ਤਿਵਾੜੀ ਸਾਹਿਬ ਨੂੰ ਲਈ ਫਿਰਦੇ, ਜਿਵੇਂ ਨਵੀਂ ਵਿਹਲੀ ਕੁੜੀ ਨੂੰ ਨੰਦ ਲਈ ਫਿਰਦੀ ਹੁੰਦੀ ਹੈ ਨਾ, ਗਲੀਆਂ ਦਿਖਾਉਂਦੀ ਫਿਰਦੇ ਆ, ਹੁਣ ਉਹਨੂੰ ਪਿੰਡ ਦਿਖਾਉਂਦੇ ਫਿਰਦੇ ਨੇ, ਉਹਨਾਂ ਨੂੰ ਸੜਕਾਂ ਦਿਖਾਉਂਦੇ ਫਿਰਦੇ ਨੇ। ਅਤੇ ਇਹ ਬੜੀ ਹੈਰਾਨੀ ਵਾਲੀ ਗੱਲ ਆ ਵੀ ਲੋਕ ਸਭਾ ਦੀ ਸੀਟ ਹੋਵੇ, ਅਨੰਦਪੁਰ ਸਾਹਿਬ ਵਰਗੀ ਸੀਟ ਹੋਵੇ, ਐਸੀ ਸੀਟ 'ਤੇ ਕਾਂਗਰਸੀ ਇੱਕ ਮਜ਼ਾਕ ਕਰ ਰਹੇ ਹੋਣ ਅਤੇ ਸਾਡੀ ਤਾਂ ਚਲੋ ਖੁਸ਼ਕਿਸਮਤੀ ਆ ਜੇ ਮਾੜਾ ਉਮੀਦਵਾਰ ਹੋਊ ਸਾਨੂੰ ਤਾਂ ਫਾਇਦਾ ਹੀ ਫਾਇਦਾ, ਪਰ ਇੱਕ ਸਿਸਟਮ ਨੂੰ ਜ਼ਰੂਰ ਚੁਣੌਤੀ ਆ। ਇਹ ਨਹੀਂ ਪਤਾ, ਪਹਿਲੀ ਗੱਲ ਤਾਂ ਵੀ ਹਲਕਾ ਜਿਹੜਾ ਮੋਹਾਲੀ ਆ ਜਿੱਥੇ ਮੇਰਾ 30-35 ਸਾਲ ਤੋਂ ਘਰ ਆ, ਮੇਰੇ ਬੱਚੇ ਪੈਦਾ ਹੋਏ, ਪੜ੍ਹੇ, ਪੋਤਾ ਪੋਤੀਆਂ ਸਭ ਪੜ੍ਹਦੇ ਨੇ, ਉੱਥੇ ਰਹਿੰਦੇ ਆ 30 ਸਾਲਾਂ ਤੋਂ ਵੱਧ ਸਮੇਂ ਤੋਂ, ਅਤੇ ਉਹਨੂੰ ਮੋਹਾਲੀ ਨੂੰ ਉਹ ਅਨੰਦਪੁਰ ਸਾਹਿਬ ਹਲਕੇ ਦਾ ਸ਼ਾਇਦ ਹਿੱਸਾ ਹੀ ਨਹੀਂ ਸਮਝਦੇ। ਅਤੇ ਜੇ ਪਟਿਆਲਾ ਵੀ ਆ, ਪਟਿਆਲਾ ਵੀ ਪੰਜਾਬ ਦਾ ਹਿੱਸਾ, ਤਿਵਾੜੀ ਸਾਹਿਬ ਦੱਸਣ ਵੀ ਪੰਜਾਬ ਦੇ ਕਿਹੜੇ ਖੁੰਜੇ 'ਚ ਉਹਦਾ ਘਰ ਘਾਟ ਆ, ਅਨੰਦਪੁਰ ਸਾਹਿਬ ਹਲਕੇ ਦੇ ਕਿਹੜੇ ਖੁੰਜੇ ਖਿੱਲੇ 'ਚ ਉਹਦਾ ਘਰ ਘਾਟ ਆ। ਅਤੇ ਮਤਲਬ ਹੁਣ ਕਿਸੇ ਦੇ ਘਰ ਬੈਠ ਕੇ ਤਾਂ ਨਹੀਂ ਘਰ ਉੱਥੋਂ ਤਾਂ ਬਣ ਸਕਦਾ, ਇਹ ਤਾਂ ਦੁਨੀਆ ਜਾਣਦੇ ਆ, ਤੁਸੀਂ ਵੀ ਜਾਣਦੇ ਹੋ, ਕਿਹੜਾ ਬੰਦਾ ਨਹੀਂ ਜਾਣਦਾ ਵੀ ਮੈਂ ਮੋਹਾਲੀ 30-35 ਸਾਲ ਤੋਂ ਰਹਿ ਰਿਹਾ। ਸਿੰਘ ਵੱਲੋਂ ਧਾਰਮਿਕ ਬਣਵਾਰਾ ਪਾਉਣਾ ਹੀ ਕਾਂਗਰਸ ਦੀ ਨੀਤੀ ਦਾ ਪ੍ਰਤੀਕ ਆ, ਕਿਉਂਕਿ ਕਾਂਗਰਸ ਨੇ ਰਾਜ ਸੱਤਾ ਹਥਿਆਉਣ ਲਈ ਹਮੇਸ਼ਾ ਹੀ ਦੇਸ਼ ਨੂੰ ਜਾਂ ਧਰਮ ਦੇ ਨਾਂ 'ਤੇ ਵੰਡਿਆ, ਜਾਂ ਜਾਤ ਦੇ ਨਾਂ 'ਤੇ ਵੰਡਿਆ, ਨਾ ਮਜ਼ਹਬ ਦੇ ਨਾਂ 'ਤੇ ਵੰਡਿਆ, ਜਾਂ ਇਲਾਕਿਆਂ ਦੇ ਨਾਂ 'ਤੇ ਵੰਡਿਆ, ਲੋਕਾਂ ਨੂੰ ਜੁੰਡੋ ਜੁੰਡੀ ਕਰਾ ਕੇ ਲੋਕਾਂ ਦੀਆਂ ਲਾਸ਼ਾਂ 'ਤੇ ਕੁਰਸੀਆਂ ਵੀ ਡਾਉਂਦੀ ਰਹੀ ਆ ਕਾਂਗਰਸ। ਅੱਜ ਕਾਂਗਰਸ ਦੇ ਨੇਤਾ ਜਿਹੜੇ ਨੇ ਸਿੱਧੂ ਸਾਹਿਬ ਅਤੇ ਹੋਰ ਉਹੀ ਖੇਡ ਖੇਡ ਰਹੇ ਨੇ, ਅਤੇ ਕਾਂਗਰਸ ਹੁਣ ਬੁਖਲਾਹਟ ਵਿੱਚ ਆਈ ਹੋਈ ਆ। ਕਾਂਗਰਸ ਹੁਣ ਫਿਰ ਦੇਸ਼ ਦੇ ਹੱਸਦੇ ਵੱਸਦੇ ਖੇਡਦੇ ਦੇਸ਼ ਨੂੰ ਹੁਣ ਫਿਰ ਬਟਵਾਰੇ ਦੇ ਵਿੱਚ ਲੱਗੀ ਹੋਈ ਆ ਔਰ ਤਣਾਅ ਪੈਦਾ ਕਰਨਾ ਚਾਹੁੰਦੀ ਆ ਰਾਜਸੀ ਸੱਤਾ ਹਥਿਆਉਣ ਲਈ। ਹੁਣ ਇਹ ਮੁੜ ਕੇ ਕਾਂਗਰਸ ਦੇ ਇਹ ਸੌਦਾ ਕਾਂਗਰਸ ਨੂੰ ਮਹਿੰਗਾ ਪਏਗਾ। ਅਤੇ ਹੁਣ ਗੱਲ ਕਰਦੇ ਹਾਂ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾਰੀ ਦੀ, ਜੋ 2009 ਦੀਆਂ ਲੋਕ ਸਭਾ ਚੋਣਾਂ 'ਚ ਲੁਧਿਆਣਾ ਤੋਂ ਕਾਂਗਰਸ ਦੇ ਸਾਂਸਦ ਬਣੇ ਸੀ ਅਤੇ ਕੇਂਦਰ 'ਚ 5 ਸਾਲ ਸੂਚਨਾ ਪ੍ਰਸਾਰਣ ਮੰਤਰੀ ਵੀ ਰਹੇ ਸੀ। ਇਸ ਵਾਰ ਕਾਂਗਰਸ ਨੇ ਉਹਨਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਉਤਾਰਿਆ।
ਮਨੀਸ਼ ਤਿਵਾਰੀ ਨੇ ਅਕਾਲੀ ਦਲ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਪ੍ਰੇਮ ਸਿੰਘ ਚੰਦੂਮਾਜਰਾ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਲਈ ਕੁਝ ਵੀ ਨਹੀਂ ਕੀਤਾ। ਇਸ ਲਈ ਚੰਦੂਮਾਜਰਾ ਸਿਰਫ ਵਿਰੋਧੀਆਂ ਤੇ ਨਿਸ਼ਾਨਾ ਸਾਧਨੇ ਹੀ ਜਾਣਦੇ ਨੇ ਤੇ ਕਾਂਗਰਸ ਇਸ ਵਾਰ ਸ੍ਰੀ ਅਨੰਦਪੁਰ ਸਾਹਿਬ ਤੋਂ ਆਪਣੀ ਜਿੱਤ ਜ਼ਰੂਰ ਪੱਕੀ ਕਰੇਗੀ। ਕਿ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ 'ਚ ਸਾਰੀ ਕਾਂਗਰਸ ਇਕੱਠੀ ਹੈ, ਕੋਈ ਗੁੱਟਬਾਜ਼ੀ ਨਹੀਂ ਹੈ, ਸਾਰੇ ਆਪਣੇ ਆਪਣੇ ਤੌਰ 'ਤੇ 19 ਮਈ ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ, ਜਿਹੜਾ ਬਟਨ ਦੱਬਣਾ ਮਸ਼ੀਨ ਦਾ, ਉਹ ਠੀਕ ਤਰ੍ਹਾਂ ਦੱਬਿਆ ਜਾਵੇ, ਸਭ ਤੋਂ ਵੱਧ ਵੋਟਾਂ 'ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਜਿੱਤ ਕੇ ਜਾਵੇ। ਸਾਰੇ ਇਸੀ ਇੱਕ ਮਿਸ਼ਨ ਦੇ ਵਿੱਚ ਲੱਗੇ ਹੋਏ ਨੇ। ਔਰ ਜਿੱਥੇ ਤੱਕ ਰਹੀ ਹੈ ਫਜ਼ੂਲ ਪੈਰਾਸ਼ੂਟ ਵਾਲੀ ਗੱਲ, ਮੈਂ ਪੰਜਾਬ ਦਾ ਨੁਮਾਇੰਦਾ ਰਿਹਾ ਹਿੰਦੁਸਤਾਨ ਦੀ ਸਰਕਾਰ ਦੇ ਵਿੱਚ, ਪੰਜਾਬ ਪੰਜਾਬੀ ਔਰ ਪੰਜਾਬੀਅਤ ਮੇਰੇ ਖੂਨ 'ਚ ਵਸੀ ਹੋਈ ਹੈ। ਔਰ ਜਿਹਨਾਂ ਕੋਲ ਹੋਰ ਕੋਈ ਮੁੱਦਾ ਨਹੀਂ ਹੈ, ਆਪਣੀ ਕਾਰਗੁਜ਼ਾਰੀ ਨਹੀਂ ਦੱਸ ਸਕਦੇ ਹੈਗੇ, ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਾਸਤੇ ਉਹਨਾਂ ਨੇ ਕੀਤਾ ਕੀ ਹੈ, ਉਹਦੇ ਬਾਰੇ ਲੋਕਾਂ ਕੋਲ ਕਹਿਣ ਨੂੰ ਉਹਨਾਂ ਕੋਲ ਕੁਛ ਨਹੀਂ ਹੈ, ਉਹ ਇਹੋ ਜਿਹੀ ਫਜ਼ੂਲ ਗੱਲਾਂ ਕਰਦੇ ਨੇ। ਭਾਰਤੀ ਜਨਤਾ ਪਾਰਟੀ ਇਸ ਮੁਲਕ ਦੇ ਵਿੱਚ ਫਿਰਕਾ ਪ੍ਰਸਤੀ ਫੈਲਾਉਣਾ ਚਾਹੁੰਦੀ ਹੈਗੀ ਹੈ, ਔਰ ਇਸ ਲਈ ਉਹਨਾਂ ਨੇ ਇਹੋ ਜਿਹੇ ਉਮੀਦਵਾਰ ਮੈਦਾਨ 'ਚ ਉਤਾਰੇ ਨੇ ਜਿਨ੍ਹਾਂ ਦੇ ਉੱਪਰ ਫੌਜਦਾਰੀ ਦੇ ਮੁਕੱਦਮੇ ਚੱਲਦੇ ਨੇ, ਬਹੁਤ ਸੰਗੀਨ ਜੁਰਮ ਦੇ ਵਿੱਚ ਸ਼ਾਮਿਲ ਹੋਣ ਦੇ ਮੁਕੱਦਮੇ ਚੱਲਦੇ ਨੇ। ਉੱਧਰ ਦੂਜੇ ਪਾਸੇ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਵੀਰ ਦਵਿੰਦਰ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਜੇ ਡਾਕਟਰ ਧਰਮਵੀਰ ਗਾਂਧੀ ਪਟਿਆਲਾ ਤੋਂ, ਸੁਖਪਾਲ ਖਹਿਰਾ ਬਠਿੰਡਾ ਤੋਂ, ਬੈਂਸਪੁਰਾ ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਤੋਂ ਚੋਣ ਲੜ ਸਕਦੇ ਨੇ ਤਾਂ ਉਹ ਸ੍ਰੀ ਅਨੰਦਪੁਰ ਸਾਹਿਬ ਤੋਂ ਕਿਉਂ ਨਹੀਂ ਲੜ ਸਕਦੇ? ਵੀਰ ਦਵਿੰਦਰ ਸਿੰਘ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਉਹਨਾਂ ਦੇ ਪਿਤਾ ਅਤੇ ਮਾਤਾ ਸਾਹਿਬ ਕੌਰ ਉਹਨਾਂ ਦੇ ਮਾਤਾ ਨੇ ਅਤੇ ਸ੍ਰੀ ਅਨੰਦਪੁਰ ਸਾਹਿਬ ਉਹਨਾਂ ਦਾ ਪਿੰਡ ਹੈ, ਜੋ ਮਰਜ਼ੀ ਹੋ ਜਾਵੇ ਉਹ ਤਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਹੀ ਚੋਣ ਲੜਨਗੇ। ਟ੍ਰੈਸ਼, ਐਬਸੋਲਿਊਟਲੀ ਟ੍ਰੈਸ਼। ਸਾਰੀਆਂ ਪਾਰਟੀਆਂ ਨਵੀਆਂ ਨੇ, ਇਹਨਾਂ 'ਚ ਕੋਈ ਰਵਾਇਤੀ ਪਾਰਟੀ ਨਹੀਂ। ਖਹਿਰਾ ਵੀ ਇੱਕ ਇੰਡੀਵਿਜੁਅਲ ਹੈ, ਹਾਂਜੀ, ਗਾਂਧੀ ਵੀ ਇੱਕ ਇੰਡੀਵਿਜੁਅਲ ਹੈ, ਉਹ ਦੋ ਭਰਾ ਨੇ ਲੁਧਿਆਣੇ ਵਾਲੇ, ਸਮਝ ਗਏ ਨਾ? ਅਤੇ ਇਹ ਸਾਰਾ ਕੁਝ ਨਵਾਂ ਬਣ ਰਿਹਾ ਨਾ, ਅਕਾਲੀ ਦਲ ਵੀ ਨਵਾਂ ਹੈਗਾ, ਅਕਾਲੀ ਦਲ ਟਕਸਾਲੀ, ਇਹਦੇ 'ਚ ਅਸੀਂ ਸਾਡਾ ਦਾਅਵਾ ਜੇ ਖਹਿਰੇ ਨੇ ਆਪ ਮੱਲ ਲਿਆ ਆਪਣਾ ਬਠਿੰਡਾ, ਜੇ ਗਾਂਧੀ ਨੇ ਪਟਿਆਲਾ ਮੱਲ ਲਿਆ, ਜੇ ਬੈਂਸਾ ਨੇ ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਮੱਲ ਲਿਆ, ਜੇ BSP ਵਾਲਿਆਂ ਨੇ ਹੁਸ਼ਿਆਰਪੁਰ ਅਤੇ ਜਲੰਧਰ ਮੱਲ ਲਿਆ, ਅਤੇ ਜੇ ਟਕਸਾਲੀਆਂ ਨੇ ਅਨੰਦਪੁਰ ਸਾਹਿਬ 'ਤੇ ਆਪਣਾ ਦਾਅਵਾ ਜਿਤਾਇਆ ਅਤੇ ਖਡੂਰ ਸਾਹਿਬ ਦੇ, ਇਹਦੇ 'ਚ ਕਿਹੜੀ ਵਿਡੰਬਣਾ ਹੋ ਗਈ, ਕਿਹੜਾ ਪਾਪ ਹੋ ਗਿਆ? ਜੇ ਟਕਸਾਲੀ ਅਨੰਦਪੁਰ ਸਾਹਿਬ ਦੀ ਸੇਵਾ ਨਹੀਂ ਮੰਗਣਗੇ ਤਾਂ ਹੋਰ ਕਿੱਥੋਂ ਨਹੀਂ ਮੰਗਣਗੇ? ਇਸ ਕਰਕੇ ਸਾਡਾ ਸਿਧਾਂਤਕ ਦਾਅਵਾ ਹੈਗਾ, ਸਿਧਾਂਤਕ ਤੌਰ 'ਤੇ ਅਸੀਂ ਅਨੰਦਪੁਰ ਸਾਹਿਬ ਦੀ ਧਰਤੀ ਨਾਲ ਜੁੜੇ ਹਾਂ। ਅਨੰਦਪੁਰ ਸਾਹਿਬ ਮੇਰਾ ਸਰਨਾਮਾ ਹੈ, ਮੇਰਾ ਅਸਰੀਰੀ ਸਰਨਾਮਾ ਜਿਹੜਾ ਹੈਗਾ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਮਾਈ ਸਪਿਰਿਚੁਅਲ ਐਡਰੈਸ ਦੈਟ ਲਾਈਜ਼ ਇਨ ਅਨੰਦਪੁਰ ਸਾਹਿਬ। ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਹੈ, ਮੇਰਾ ਸਰੀਰੀ ਪਿਤਾ ਗੁਰੂ ਗੋਬਿੰਦ ਸਿੰਘ ਹੈ, ਰੂਹਾਨੀ ਪਿਤਾ ਗੁਰੂ ਗੋਬਿੰਦ ਸਿੰਘ ਨੇ, ਮੇਰੀ ਮਾਤਾ ਸਾਹਿਬ ਕੌਰ ਹੈ, ਮੇਰਾ ਪਿੰਡ ਅਨੰਦਪੁਰ ਸਾਹਿਬ ਹੈ। ਜਿਹੜਾ ਦੁਨਿਆਵੀ ਸਰਨਾਮਾ ਹੈ ਉਹ ਕਾਗਜ਼ਾਂ 'ਚ ਦਰਜ ਹੈ, ਇਹ ਜਿਹੜਾ ਰੂਹਾਨੀ ਸਰਨਾਮਾ ਉਹ ਮੇਰੇ ਜ਼ਿਹਨ 'ਚ ਅਤੇ ਰੂਹ 'ਚ ਦਰਜ ਹੈ, ਜਿਸ ਨੂੰ ਮੈਂ ਸਦਾ ਪ੍ਰਣਾਮ ਕਰਦਾ। ਇਹੀ ਦੁਆ ਕਰਦਾ ਕਿ ਇਸ ਮਿੱਟੀ ਵਿੱਚ ਹੀ ਆਖਰੀ ਸਾਹ ਲਈਏ। ਪਹਿਲਾਂ ਤਾਂ ਮੱਥਾ ਟੇਕਣ ਹੀ ਆਵਾਂਗੇ ਜਿੱਥੇ ਅੱਜ ਟੇਕਿਆ, ਠੀਕ ਹੈ ਨਾ? ਫਿਰ ਆਸ਼ੀਰਵਾਦ ਲਵਾਂਗੇ ਕਿ ਇਹ ਸੱਚੇ ਪਾਤਸ਼ਾਹ ਨੂੰ ਕਿਰਪਾ ਕਰੋ, ਤੁਸੀਂ ਸੇਵਾ ਦਾ ਮੌਕਾ ਦਿੱਤਾ, ਮੈਨੂੰ ਸੇਵਾ ਨਿਭਾਉਣ ਦੀ ਵੀ ਸ਼ਕਤੀ ਦਿਓ, ਤੌਫੀਕ ਬਖਸ਼ੋ ਕਿ ਮੈਂ ਇਸ ਧਰਤੀ ਦੀ, ਇਸ ਮਿੱਟੀ ਦੀ, ਇੱਥੋਂ ਦੇ ਲੋਕਾਂ ਦੀ ਸੇਵਾ ਕਰ ਸਕਾਂ। ਜਿੰਨੇ ਪ੍ਰੋਜੈਕਟ ਅਧੂਰੇ ਨੇ, ਜਿਹੜੇ ਲੋਕਾਂ ਨੇ ਵਾਅਦੇ ਕੀਤੇ ਸੀ ਪੂਰੇ ਨਹੀਂ ਕੀਤੇ, ਮੈਂ ਉੱਥੋਂ ਆਪਣੀਆਂ ਪੌਣੀਆਂ ਕੱਤਣੀਆਂ ਸ਼ੁਰੂ ਕਰਾਂਗਾ। ਪਹਿਲਾਂ ਸੜਕਾਂ ਨੂੰ ਸਹੀ ਕਰਾਂਗਾ, ਔਰ ਨੰਗਲ ਜਿਸ ਤਰ੍ਹਾਂ ਉਜੜਿਆ ਹੈ, ਨੰਗਲ ਦੇ ਵਾਸਤੇ ਮੇਰੇ ਮਨ 'ਚ ਬਹੁਤ ਕੁਛ ਹੈ ਕਿ ਇੱਕ ਇੰਟੈਗਰੇਟਿਡ ਪਲਾਨ ਜਿਹੜਾ ਹੈਗਾ ਟੂਰਿਜ਼ਮ ਦਾ ਬਣਾ ਕੇ ਨੰਗਲ ਦੀ ਰਿਵਾਈਵਲ ਕੀਤੀ ਜਾਏ। ਜਿਹੜੇ ਦੇਸ਼ ਦੁਨੀਆਂ 'ਚੋਂ ਲੋਕ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਮੱਥਾ ਟੇਕਣ ਵਾਸਤੇ ਆਉਂਦੇ ਨੇ, ਇਸ ਦਰਗਾਹ ਵਿੱਚ ਨਤਮਸਤਕ ਹੋਣ ਲਈ ਆਉਂਦੇ ਨੇ, ਉਹ ਕੁਦਰਤ ਦੇ ਨਜ਼ਾਰਿਆਂ ਦਾ ਆਨੰਦ ਲੈਣ ਲਈ, ਦਰਿਆਵਾਂ ਦੀ ਧਰਤੀ ਦਾ ਆਨੰਦ ਲੈਣ ਲਈ ਨੰਗਲ ਵੀ ਜਾਣ, ਸੈਲਾਨੀ ਉੱਥੇ ਆਉਣ। ਸੋ ਉਹਨੂੰ ਰਿਵਾਈਵ ਕਰਾਂਗੇ, ਉੱਥੋਂ ਦੀ ਇੰਡਸਟਰੀ ਨੂੰ ਰਿਵਾਈਵ ਕਰਾਂਗੇ, ਉੱਥੇ ਅੱਛੇ ਐਜੂਕੇਸ਼ਨਲ ਇੰਸਟੀਟਿਊਸ਼ਨ ਲਿਆਵਾਂਗੇ, ਹੋਰ ਬਹੁਤ ਸਾਰਾ ਕੁਝ ਮੇਰੇ ਮਨ 'ਚ ਹੈਗਾ। ਮੌਕਾ ਤਾਂ ਮਿਲੇ ਨਾ, ਦਿਖਾਊਂਗਾ ਤਮਾਸ਼ਾ ਦੀ ਅਗਰ ਫੁਰਸਤ ਜ਼ਮਾਨੇ ਨੇ, ਦਿਖਾਊਂਗਾ ਤਮਾਸ਼ਾ ਦੀ ਅਗਰ ਫੁਰਸਤ ਜ਼ਮਾਨੇ ਨੇ, ਮੇਰਾ ਹਰ ਦਾਗੇ ਦਿਲ ਇੱਕ ਤੁਖਮ ਹੈ ਸਰੂਏ ਚਿਰਾਗਾਂ ਕਾ।
ਬਹੁਤ ਮਿਹਰਬਾਨ। ਜੇਕਰ ਗੱਲ ਪੀਡੀਏ ਦੇ ਉਮੀਦਵਾਰ ਬਿਕਰਮਜੀਤ ਸਿੰਘ ਸੋਢੀ ਦੀ ਕੀਤੀ ਜਾਵੇ ਤਾਂ ਬਿਕਰਮਜੀਤ ਸਿੰਘ ਸੋਢੀ ਦਾ ਕਹਿਣਾ ਕਿ ਉਹਨਾਂ ਦਾ ਕੋਈ ਰਾਜਨੀਤਿਕ ਪਿਛੋਕੜ ਨਹੀਂ ਹੈ, ਉਹਨਾਂ ਨੇ ਪੰਜਾਬ ਨੂੰ ਬਚਾਉਣ ਲਈ ਹੀ ਰਾਜਨੀਤੀ ਵਿੱਚ ਆਪਣੇ ਪੈਰ ਰੱਖੇ ਨੇ ਕਿਉਂਕਿ ਪੰਜਾਬ ਨੂੰ ਰਵਾਇਤੀ ਪਾਰਟੀਆਂ ਵੱਲੋਂ ਲੁੱਟਿਆ ਤੇ ਕੁੱਟਿਆ ਜਾ ਰਿਹਾ। ਸੋਢੀ ਨੇ ਕਿਹਾ ਕਿ ਉਹ ਖੇਡ ਦੇ ਮੈਦਾਨ ਵਿੱਚ ਵੀ ਆਪਣੀਆਂ ਜਿੱਤਾਂ ਹਾਸਲ ਕੀਤੀਆਂ ਨੇ, ਇਸ ਵਾਰ ਉਹ ਰਾਜਨੀਤਿਕ ਮੈਦਾਨ ਵਿੱਚ ਵੀ ਚੋਣਾਂ ਵਿੱਚ ਆਪਣੀ ਜਿੱਤ ਹਾਸਲ ਕਰਨਗੇ। ਸਿਆਸੀ ਜਾਂ ਰਾਜਨੀਤਿਕ ਪਿਛੋਕੜ ਹੈ ਨੀਗਾ, ਮੈਂ ਤਾਂ ਸ਼੍ਰੀ ਅਨੰਦਪੁਰ ਸਾਹਿਬ ਦਾ ਜੰਮਪਾਲ ਹਾਂ ਅਤੇ ਮੇਰਾ ਪਰਿਵਾਰਕ ਪਿਛੋਕੜ ਜਿਹੜਾ ਹੈ ਸ਼੍ਰੀ ਅਨੰਦਪੁਰ ਸਾਹਿਬ 350 ਸਾਲ ਨਾਲ ਜੁੜਦਾ ਹੈ। ਮੈਨੂੰ ਪਿਛਲੇ 40 ਸਾਲਾਂ ਤੋਂ ਮੈਂ ਇੰਟਰਨੈਸ਼ਨਲ ਪੁੱਲ ਦਾ ਖਿਡਾਰੀ ਰਿਹਾ, ਤਾਂ ਇਸ ਕਰਕੇ ਮੈਨੂੰ ਆਪਣੀ ਜਿਹੜਾ ਵੀ ਜਿੱਤਾਂ ਜਿਹੜੀਆਂ ਹਾਸਲ ਕੀਤੀਆਂ ਅਸੀਂ ਪੋਲੋ ਦੇ ਮੈਦਾਨ 'ਚ, ਖੇਡਾਂ ਦੇ ਮੈਦਾਨ 'ਚ ਹਾਸਲ ਕੀਤੀਆਂ, ਮਗਰ ਇਸ ਰਾਜਨੀਤੀ 'ਚ ਆਉਣ ਦੀ ਬਹੁਤ ਸਖ਼ਤ ਜ਼ਰੂਰਤ ਮੈਂ ਮਹਿਸੂਸ ਕੀਤੀ ਪੰਜਾਬ ਦੇ ਹਾਲਾਤ ਦੇਖ ਕੇ। ਜਦੋਂ ਤੁਸੀਂ ਸਾਰੀ ਦੁਨੀਆ 'ਚ ਘੁੰਮਦੇ ਹੋ ਵਾਪਸ ਘਰ ਆਉਂਦੇ ਹੋ ਤਾਂ ਤੁਹਾਨੂੰ ਦਿਖਦਾ ਹੈ ਕਿ ਆਪਣੇ ਹਾਲਾਤ ਜਿਹੜੇ ਹੈ ਕੁਛ ਫਰਕ ਨਹੀਂ ਪਿਆ, ਨਾ ਆਪਣੇ ਇਲਾਕੇ ਦੀ ਕੋਈ ਡਿਵੈਲਪਮੈਂਟ ਹੋਈ, ਨਾ ਪੰਜਾਬ ਦੇ ਵਿੱਚ ਕੁਛ ਖੁਸ਼ਹਾਲੀ ਆਈ। ਪੰਜਾਬ ਤਾਂ ਪੀੜਿਤ ਹੈ, ਪੰਜਾਬ ਦੇ ਲੋਕਾਂ ਨੂੰ ਕੁੱਟਿਆ ਅਤੇ ਲੁੱਟਿਆ ਹੀ ਹੈ ਇਹਨਾਂ ਜਿਹੜੀਆਂ ਪਾਰਟੀਆਂ ਨੇ ਸਾਡੇ ਉੱਤੇ ਰਾਜ ਪਿਛਲੇ 70-72 ਸਾਲਾਂ ਤੋਂ ਚਲਾਇਆ ਵਾ। ਇਸ ਕਰਕੇ ਇਹਨਾਂ ਸਾਰੀਆਂ ਗੱਲਾਂ ਨੂੰ ਦੇਖ ਕੇ ਮੈਂ ਇਹ ਆਪਣਾ ਪੂਰਾ ਵਿਚਾਰ ਕੀਤਾ ਕਿ ਪੰਜਾਬ ਦੇ ਵਿੱਚ, ਪੰਜਾਬ ਦੀ ਰਾਜਨੀਤੀ ਵਿੱਚ ਬਦਲਾਅ ਲਿਆਉਣਾ ਬਹੁਤ ਜ਼ਰੂਰੀ ਹੈ ਅਤੇ ਇਸ ਕਰਕੇ ਖੁਦ ਰਾਜਨੀਤੀ ਵਿੱਚ ਕੁਦਣਾ, ਖੁਦ ਉਹਦੇ ਵਿੱਚ ਪ੍ਰਵੇਸ਼ ਕਰਨਾ ਬਹੁਤ ਜ਼ਰੂਰੀ ਬਣ ਗਿਆ ਅਤੇ ਮੈਂ ਇਸ ਕਰਕੇ ਇਹ ਜਿਹੜੀ ਚੁਣੌਤੀ ਹੈ ਆਪਣੇ ਸਿਰ 'ਤੇ ਲੈ ਲਿੱਤੀ ਹੈ। ਇਹ ਚੈਲੇਂਜ ਅਸੀਂ ਮੀਟ ਕਰਾਂਗੇ, ਬਦਲਾਅ ਲੈ ਕੇ ਆਵਾਂਗੇ, ਪੰਜਾਬ ਦੀ ਰਾਜਨੀਤੀ ਨੂੰ ਪੂਰੀ ਖੁਸ਼ਹਾਲ ਕਰਾਂਗੇ, ਪੰਜਾਬ ਦੀ ਦੇਖਭਾਲ ਕਰਾਂਗੇ। ਸਾਡਾ ਇਲਾਕਾ ਜਿਹੜਾ ਹੈ ਸਭ ਤੋਂ ਪਿਛੜਾ ਇਲਾਕਾ ਹੈ, ਹਜੇ ਵੀ ਅੱਜ ਦੇ ਡੇਟ 'ਚ 70-72 ਸਾਲਾਂ ਤੋਂ ਬਾਅਦ ਹਜੇ ਵੀ ਜਿਹੜੇ ਸਾਡੇ ਜਿਹੜੇ ਲੋਕ ਇਲਾਕੇ ਦੇ ਵਿੱਚ 5 ਬੱਸਾਂ ਚੱਲਦੀਆਂ, ਗਰੀਬ ਜਿਹੜੇ ਇਲਾਜ ਕਰਨ ਵਾਲੇ ਹੈ ਉਹਨਾਂ ਨੂੰ PGI ਲੈ ਕੇ ਜਾਂਦੀਆਂ। ਸੋ ਇਹਦਾ ਮਤਲਬ ਹੈ ਕਿ ਸਾਡੇ ਇਲਾਕੇ 'ਚ ਮੈਡੀਕਲ ਫੈਸਿਲਿਟੀ ਨਹੀਂ ਹੈਗੀ। ਦੂਜੀ ਗੱਲ ਹੈ ਕਿ ਇਹਨਾਂ ਸਰਕਾਰਾਂ ਨੇ ਜਿਹੜੀਆਂ ਸਰਕਾਰੀ ਸਕੂਲ ਚੱਲਦੇ ਸੀਗੇ ਉਹਨਾਂ ਵਿੱਚ ਫੈਸਿਲਿਟੀ ਵਧਾਉਣ ਦੀ ਜਗ੍ਹਾ ਉਹਨਾਂ ਨੂੰ ਬੰਦ ਕਰੀ ਜਾ ਰਹੇ ਨੇ। ਜਿਹੜੇ ਟੀਚਰ ਉਹਨਾਂ ਨੂੰ ਥੋੜ੍ਹੇ ਬਹੁਤੇ ਪੜ੍ਹਾਉਂਦੇ ਸੀਗੇ ਉਹਨਾਂ ਦੀਆਂ ਤਨਖਾਹਾਂ ਘਟਾਤੀਆਂ। ਜਦੋਂ ਪੰਜਾਬ 'ਚ ਐਜੂਕੇਸ਼ਨ ਨਹੀਂ ਰਹੇਗਾ ਤਾਂ ਤੁਸੀਂ ਇਹਦਾ ਫਿਊਚਰ ਕੀ ਸਮਝ ਸਕਦੇ, ਪੰਜਾਬ ਦਾ ਕੀ ਫਿਊਚਰ ਰਹੇਗਾ। ਜਦੋਂ ਵੀ ਕਿਸੇ ਕੌਮ ਨੂੰ ਕਿਸੇ ਇਲਾਕੇ ਨੂੰ ਖਤਮ ਕਰਨਾ ਹੋਏ ਤੇ ਉਹਦਾ ਐਜੂਕੇਸ਼ਨ ਖਤਮ ਕਰ ਦਿਓ, ਇਲਾਕਾ ਆਪਣੇ ਆਪ ਖਤਮ ਹੋ ਜਾਊਗਾ, ਕੌਮ ਆਪਣੇ ਆਪ ਖਤਮ ਹੋ ਜਾਊਗੀ। ਸੋ ਇਹ ਨੀਤੀਆਂ ਜਿਹੜੀਆਂ ਹੈ ਇਹਨਾਂ ਸਰਕਾਰਾਂ ਦੀਆਂ, ਇਹਨਾਂ ਦੇ ਮੈਂ ਵਿਰੋਧ ਕਰਦਾ। ਤੇ ਦੂਜੀ ਗੱਲ ਹੈ ਸੜਕਾਂ ਦੀ ਹਾਲਤ ਦੇਖੋ, ਮੈਂ ਹੁਣ ਅੱਜ ਇਹੀ ਸੜਕਾਂ ਤੇ ਚੱਲ ਕੇ ਆਇਆ, ਗੜਸ਼ੰਕਰ ਦੀ ਸੜਕ ਪਿਛਲੇ 15 ਸਾਲਾਂ ਤੋਂ ਸਾਨੂੰ ਵਾਅਦੇ ਕੀਤੇ ਜਾ ਰਹੇ ਨੇ। ਪਹਿਲਾਂ ਅਕਾਲੀ ਭਾਜਪਾ ਦੀ ਸਰਕਾਰ ਨੇ ਵਾਅਦੇ ਕੀਤੇ ਸੀਗੇ ਕਿ ਸੜਕ ਨੂੰ ਕਰਨਗੇ, ਐਲਾਨ ਵੀ ਕਈ ਵਾਰੀ ਹੋ ਗਏ, ਪੱਥਰ ਵੀ 2 ਵਾਰੀ ਲੱਗ ਚੁੱਕੇ ਹੈ, ਹਜੇ ਤੀਕਰ ਤਾਂ ਸੜਕ ਦੀ ਹਾਲਤ ਰੋਜ਼ ਦਿਨ ਬਾਏ ਦਿਨ ਖਰਾਬ ਹੀ ਹੁੰਦੀ ਜਾ ਰਹੀ ਹੈ। ਕਾਂਗਰਸ ਦੀ ਸਰਕਾਰ ਆਈ, ਅਸੀਂ ਆਸ ਰੱਖੀ ਤਾਂ ਸ਼ਾਇਦ ਕਾਂਗਰਸ ਵਾਲੇ ਬਦਲਾਅ ਲੈ ਕੇ ਆਉਣਗੇ, ਮਗਰ ਉਹਨਾਂ ਦੇ 2 ਸਾਲ ਵੀ ਲੰਘ ਗਏ। ਪਿੱਛੇ ਹੁਣ ਹੋਲਾ ਮਹੱਲਾ ਹੋਇਆ, ਸੰਗਤਾਂ ਬੜੀ ਵੱਡੀ ਤਾਦਾਦ 'ਚ, ਬੜੇ ਵੱਡੇ ਨੰਬਰਾਂ 'ਚ ਸਾਡੇ ਸ਼੍ਰੀ ਅਨੰਦਪੁਰ ਸਾਹਿਬ ਆ ਕੇ ਨਤਮਸਤਕ ਹੁੰਦੀ ਹੈ। ਉਹਨਾਂ ਲੋਕਾਂ ਨੂੰ ਤਕਲੀਫਾਂ ਕਿੰਨੀਆਂ ਹੁੰਦੀਆਂ ਹੋਣੀਆਂ ਜਦੋਂ ਉਹ ਧਾਰਮਿਕ ਆਪਣੀ ਯਾਤਰਾ ਕਰਨ ਚੱਲਦੇ ਆ। ਅਤੇ ਜੇ ਗੱਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਦੀ ਕਰੀਏ ਤਾਂ ਨਰਿੰਦਰ ਸਿੰਘ ਸ਼ੇਰਗਿੱਲ ਦਾ ਕਹਿਣਾ ਕਿ ਦਿੱਲੀ ਵਿੱਚ ਜੋ ਕੰਮ ਕੇਜਰੀਵਾਲ ਨੇ ਕੀਤਾ ਉਹੀ ਮਾਡਲ ਲੈ ਕੇ ਉਹ ਪੰਜਾਬ 'ਚ ਆਉਣਗੇ ਅਤੇ ਲੋਕਾਂ ਤੋਂ ਵੋਟਾਂ ਮੰਗਣਗੇ। ਨਸ਼ੇ ਅਤੇ ਕਿਸਾਨਾਂ ਦੀਆਂ ਹੋ ਰਹੀਆਂ ਖੁਦਕੁਸ਼ੀਆਂ ਨੂੰ ਰੋਕਣ ਲਈ ਉਹ ਆਪਣੀ ਆਵਾਜ਼ ਬੁਲੰਦ ਕਰਨਗੇ। ਛੋਟੇ ਜਿਹੇ ਵਲੰਟੀਅਰ ਨੂੰ ਐਡਾ ਵੱਡਾ ਜਿਹੜਾ ਟਿਕਟ ਦੇ ਕੇ ਨਵਾਜਿਆ, ਮੈਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਿੱਲੀ ਦੇ ਜਿਹੜੇ ਸਾਡੇ ਮਨੀਸ਼ ਸਿਸੋਦੀਆ ਜੀ, ਸੰਜੇ ਸਿੰਘ ਜੀ, ਸਾਡੇ ਦੁਰਗੇਸ਼ ਪਾਠਕ ਜੀ, ਜਿਨ੍ਹਾਂ ਦੀ ਯੋਗ ਅਗਵਾਈ ਦੇ ਵਿੱਚ ਇਹ ਸਾਰਾ ਸਿਸਟਮ ਚੱਲ ਰਿਹਾ ਅਤੇ ਦਿੱਲੀ ਦਾ ਜਿਹੜਾ ਰੋਲ ਮਾਡਲ ਹੈ, ਦਿੱਲੀ ਦੇ ਵਿੱਚ ਜੋ ਹੈਲਥ ਦੇ, ਜੋ ਐਜੂਕੇਸ਼ਨ ਦੇ ਜਾਂ ਜੋ ਹੋਰ ਵੀ ਮੁੱਦੇ ਲੈ ਕੇ ਅਰਵਿੰਦ ਕੇਜਰੀਵਾਲ ਜੀ ਨੇ ਜੋ ਕੰਮ ਕੀਤੇ ਆ ਉਹਨਾਂ ਨੂੰ ਅਸੀਂ ਇੱਥੇ ਲਿਆ ਕੇ ਪੇਸ਼ ਕਰਾਂਗੇ। ਪੰਜਾਬ ਦੇ ਜਿਹੜੇ ਲੋਕਲ ਮੁੱਦੇ ਆ, ਨਸ਼ਿਆਂ ਦੇ ਖਿਲਾਫ, ਕਿਸਾਨੀ ਖੁਦਕੁਸ਼ੀਆਂ, ਬੇਰੁਜ਼ਗਾਰੀ, ਉਹ ਲੋਕਲ ਲੈਵਲ ਦੇ ਮੁੱਦੇ ਇੱਥੋਂ ਦੇ ਵੀ ਚੁੱਕਾਂਗੇ ਅਸੀਂ ਨਾਲ। ਇਸ ਚੀਜ਼ ਨੂੰ ਗਰੁੱਪ ਦੇ ਰੂਪ ਵਿੱਚ ਅਸੀਂ ਇੱਕ ਜਨਤਾ ਦੀ ਕਚਹਿਰੀ ਦੇ ਵਿੱਚ ਪੇਸ਼ ਕਰਾਂਗੇ। ਬਾਕੀ ਤੁਸੀਂ ਅਕਾਲੀ ਦਲ ਦਾ ਹਾਲ ਦੇਖ ਲਿਆ, ਧਾਰਮਿਕ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਜੋ ਸਾਡਾ ਗੁਰੂ ਜੀ ਹੈ ਉਹਨਾਂ ਦੀ ਬੇਅਦਬੀ ਕੀਤੀ ਹੈ, ਉਹਨਾਂ ਦੇ ਵਿੱਚ ਉਹਨਾਂ ਦਾ ਨਾਂ ਵੀ ਆ ਚੁੱਕਿਆ। ਅਤੇ ਕਾਂਗਰਸ ਦਾ ਤੁਸੀਂ ਦੇਖਿਆ ਜਿਹੜੇ ਲੀਡਰ ਹੈ, ਕਿਵੇਂ ਛੋਟੇ ਛੋਟੀਆਂ ਬੱਚੀਆਂ ਨਾਲ, 15-15, 16-16 ਸਾਲ ਦੀਆਂ ਬੱਚੀਆਂ ਜੋ ਰੁਜ਼ਗਾਰ ਲਈ ਵਿਚਾਰੀਆਂ ਧੱਕੇ ਖਾਂਦੀਆਂ, ਉਹਨਾਂ ਦੇ ਨਾਲ ਜਿਹੜੀਆਂ ਕੋਝੀਆਂ ਹਰਕਤਾਂ ਕਰਦੇ ਆ, ਜਾਂ IAS ਅਫਸਰ ਦੇਖੋ ਇੱਕ ਲੇਡੀ ਦੇ ਨਾਲ ਜੋ ਉਹਨਾਂ ਨੇ ਕੀਤਾ, ਉਹ ਸਾਰਾ ਲੋਕਾਂ ਦੇ ਸਾਹਮਣੇ ਆ। ਦੁਨੀਆ ਭਰ ਦੇ ਲੋਕ ਅੱਜ ਥੂ ਥੂ ਕਰ ਰਹੇ ਨੇ ਪੰਜਾਬ ਦੀ ਜਿਹੜੀ ਲੀਡਰਸ਼ਿਪ 'ਤੇ, ਪੰਜਾਬ ਦੀ ਸਰਕਾਰ 'ਤੇ।
ਅਤੇ ਉਸ ਚੀਜ਼ ਸਾਰੀਆਂ ਚੀਜ਼ਾਂ ਦਾ ਜਿਹੜਾ ਅਸੀਂ ਫਾਇਦਾ ਲਵਾਂਗੇ ਅਤੇ ਲੋਕਾਂ ਦੀ ਕਚਹਿਰੀ ਦੇ ਵਿੱਚ ਉਹਨਾਂ ਨੂੰ ਲੈ ਕੇ ਜਾਵਾਂ। ਖਰੜ ਹਲਕੇ 'ਚ ਮੇਰਾ ਪਿੰਡ ਹੈ, ਮੋਹਾਲੀ ਮੈਂ ਇਲੈਕਸ਼ਨ ਲੜਿਆ, ਗੌਰਮੈਂਟ ਕਾਲਜ ਰੋਪੜ ਮੈਂ ਪੜ੍ਹਿਆ, ਚਮਕੌਰ ਸਾਹਿਬ ਹਲਕੇ 'ਚ ਸਾਡੇ ਫਾਰਮ ਹੈ ਅਤੇ ਸਾਡਾ ਕਾਫੀ ਨਿੱਜੀ ਜਿਹੜਾ ਜਾਣ ਪਛਾਣ ਜਿਹੜਾ ਸਾਡੀ ਮਤਲਬ ਬਾਕੀ ਬੇਸਿਕ ਮੇਨ ਤਾਂ ਪਾਰਟੀ ਦਾ ਹੀ ਹੁੰਦਾ, ਪਰ ਸਾਨੂੰ ਲੱਗਦਾ ਵੀ ਅਸੀਂ ਪੂਰੀ ਜਿਹੜੀ ਫਾਈਟ ਹੈ ਇਹਨਾਂ ਦੀਆਂ ਜਿਹੜੀਆਂ ਨੀਤੀਆਂ ਉਹ ਤਾਂ ਲੋਕਾਂ ਦੇ ਨਕਾਰ ਚੁੱਕੇ ਹਾਂ, ਉਸ ਚੀਜ਼ ਦਾ ਸਾਰਾ ਜਿਹੜਾ ਸਾਨੂੰ ਬੈਨੀਫਿਟ ਆ ਸਾਨੂੰ ਮਿਲੇਗਾ। ਅਤੇ ਹੁਣ ਗੱਲ ਕਰਦੇ ਹਾਂ ਸ੍ਰੀ ਅਨੰਦਪੁਰ ਸਾਹਿਬ ਦੀ ਜਨਤਾ ਦੀ, ਅਤੇ ਜਾਣਦੇ ਹਾਂ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਜਨਤਾ ਦਾ ਕੀ ਕਹਿਣਾ ਹੈ, ਆਖਰ ਕੀ ਚਾਹੁੰਦੇ ਨੇ ਉਹ ਅਤੇ ਕਿਹੜਾ ਮੁੱਦਿਆਂ ਨੂੰ ਧਿਆਨ 'ਚ ਰੱਖ ਕੇ ਉਹ ਉਮੀਦਵਾਰਾਂ ਨੂੰ ਵੋਟਾਂ ਪਾਉਣਗੇ। ਇਲੈਕਸ਼ਨਸ ਦਾ ਟਾਈਮ ਡੇ ਬਾਈ ਡੇ ਨੇੜੇ ਆਉਂਦਾ ਪਿਆ, ਠੀਕ ਹੈ, ਇਹਦੇ 'ਚ ਆਪਾਂ ਮਤਲਬ ਇਹੀ ਚੀਜ਼ ਨੂੰ ਦੇਖ ਕੇ ਵੋਟ ਪਾਵਾਂਗੇ ਵੀ ਆਉਣ ਵਾਲਾ ਉਮੀਦਵਾਰ ਜਿਹੜਾ ਵੀ ਹੋਵੇ ਉਹ ਬਸ ਇੱਕ ਜਿਹੜੇ ਦੇਸ਼ ਦੇ ਵਿੱਚ ਮੇਨ ਪ੍ਰੋਬਲਮਸ ਚੱਲਦੀਆਂ ਪਈਆਂ ਜਿੱਦਾਂ ਤੁਸੀਂ ਕਹਿ ਸਕਦੇ ਬੇਰੁਜ਼ਗਾਰੀ ਔਰ ਨਸ਼ੇ ਵਿਰੁੱਧ, ਇਹਨਾਂ ਚੀਜ਼ਾਂ ਨੂੰ ਦੂਰ ਕਰੇ ਉਹਦੇ ਨਾਲ ਹੀ ਸਾਥ ਅਸੀਂ ਦੇਵਾਂਗੇ। ਵੀ ਕਿਸੇ ਧਰਮ ਨਾਲ ਰਿਲੇਟਿਡ ਜਾਂ ਕਿਸੇ ਨਾਲ ਕੋਈ ਵੀ ਉਹ ਉਸ ਨਾਲ ਅਸੀਂ ਸਾਥ ਨਹੀਂ ਦੇਵਾਂਗੇ ਜਾਂ ਨਹੀਂ ਖੜ੍ਹੇ ਹੋਵਾਂਗੇ। ਦੇਖੋ ਜਿਹੜੀਆਂ ਰਾਜਨੀਤਿਕ ਪਾਰਟੀਆਂ ਹੈ ਇਹਨਾਂ ਨੂੰ ਕੇਵਲ ਅਤੇ ਕੇਵਲ ਉਹ ਗੱਲਾਂ ਮੈਨੀਫੈਸਟੋ 'ਚ ਰੱਖਣੀਆਂ ਚਾਹੀਦੀਆਂ ਜਿਨ੍ਹਾਂ ਨੂੰ ਇਹ ਪੂਰਾ ਕਰ ਸਕਣ, ਕਿਉਂਕਿ ਭਾਰਤ ਲੋਕਤੰਤਰ ਦੇਸ਼ ਹੈ, ਇਹਦੇ ਵਿੱਚ ਜਦੋਂ ਲੋਕ ਪਾਰਟੀਆਂ ਦੇ ਝੂਠੇ ਵਾਅਦਿਆਂ 'ਤੇ ਮੈਨੀਫੈਸਟੋ 'ਤੇ ਵਿਸ਼ਵਾਸ ਕਰਕੇ ਵੋਟਾਂ ਪਾ ਦਿੰਦੇ ਅਤੇ ਬਾਅਦ ਦੇ ਵਿੱਚ ਉਹ ਲੁੱਟੇ ਹੋਏ ਮਹਿਸੂਸ ਕਰਦੇ, ਅਤੇ ਮੇਰੀ ਇਹ ਰਾਏ ਹੈ ਕਿ ਕੋਈ ਵੀ ਰਾਜਨੀਤਿਕ ਪਾਰਟੀ ਕੋਈ ਵੀ ਮੈਨੀਫੈਸਟੋ ਲੈ ਕੇ ਆਵੇ ਚਾਹੇ ਉਹਦੇ ਵਿੱਚ ਉਹਨਾਂ ਦੀਆਂ ਪਾਲਿਸੀਆਂ ਜਾਂ ਨੀਤੀਆਂ ਜਾਂ ਮੁੱਦੇ ਘੱਟ ਹੋਣ, ਪਰ ਉਹਨਾਂ ਨੂੰ 5 ਸਾਲਾਂ ਦੇ ਵਿੱਚ ਲੋਕਾਂ ਦੇ ਹਿੱਤ ਲਈ ਪੂਰਾ ਕਰਨਾ ਚਾਹੀਦਾ। ਅਤੇ ਦੂਸਰੀ ਇਹ ਹੈ, ਸਭ ਤੋਂ ਪਹਿਲਾਂ ਜਿਹੜਾ ਆਪਣਾ ਦੇਸ਼ ਹੈ ਇਹਦੇ ਵਿੱਚ ਗਰੀਬੀ, ਭ੍ਰਿਸ਼ਟਾਚਾਰ, ਇਹਦੇ ਨਾਲ ਲੜਾਈ ਲੜਨ ਦੀ ਲੋੜ ਹੈ। ਜਿਹੜੀਆਂ ਪਾਰਟੀਆਂ ਇਹ ਲੜਾਈ ਲੜਨਗੀਆਂ ਉਹਨੂੰ ਐਤਕੀ ਲੋਕ ਮਨਜ਼ੂਰ ਕਰਨਗੇ, ਉਹਨਾਂ ਨੂੰ ਵੋਟਾਂ ਪਾਉਣਗੇ, ਨਹੀਂ ਤਾਂ ਐਤਕੀ ਜਿਹੜਾ ਭਾਰਤ ਦਾ ਲੋਕਤੰਤਰ ਹੈ ਉਹਦੇ 'ਚ ਲੋਕ ਬਹੁਤ ਜ਼ਿਆਦਾ ਅਵੇਅਰ ਹੋ ਚੁੱਕੇ, ਇਸ ਵਾਰ ਲੋਕਾਂ ਦੇ ਜਿਹੜੇ ਝੂਠੇ ਮੈਨੀਫੈਸਟੋ ਪਾਰਟੀਆਂ ਦਿੰਦੀਆਂ ਉਹਨਾਂ ਦੀਆਂ ਗੱਲਾਂ 'ਚ ਨਹੀਂ ਆਉਣ। ਪੋਲੀਟੀਕਲ ਪਾਰਟੀ ਦਾ ਚੋਣ ਮੈਨੀਫੈਸਟੋ ਸਰਕਾਰ ਕਿਸਾਨਾਂ ਵਾਸਤੇ ਬਿਲਕੁਲ ਕਲੀਅਰ ਹੋਣਾ ਚਾਹੀਦਾ ਕਿ ਕਿਸਾਨਾਂ ਨੂੰ ਘੱਟੋ ਘੱਟ ਆਮਦਨ ਕਿਸਾਨਾਂ ਦੀ ਫਿਕਸ ਹੋਣੀ ਚਾਹੀਦੀ ਹੈ, ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਜਿਹੜੀ ਲਾਗੂ ਹੋਣੀ ਚਾਹੀਦੀ ਹੈ ਤਾਂ ਕਿ ਕਿਸਾਨਾਂ ਨੂੰ ਕੁਛ ਰਾਹਤ ਮਿਲ ਸਕੇ। ਨਹੀਂ ਤਾਂ ਕਿਸਾਨੀ ਅੱਜ ਕੱਲ੍ਹ ਬਿਲਕੁਲ ਪਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ, ਕੋਈ ਵੀ ਯੂਥ ਦੇ ਵਿੱਚ ਕਿਸਾਨੀ ਵਾਲੇ ਪਾਸੇ ਕੋਈ ਵੀ ਨੌਜਵਾਨ ਨਹੀਂ ਆਉਣਾ ਚਾਹੁੰਦਾ। ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੂੰ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਵਿਸ਼ੇਸ਼ ਤੌਰ 'ਤੇ ਸੱਭਿਆਚਾਰ, ਸਿੱਖਿਆ, ਸਿਹਤ, ਪਿੰਡਾਂ ਦੇ ਵਿਕਾਸ 'ਤੇ ਪੂਰਾ ਜ਼ੋਰ ਦੇਣਾ ਚਾਹੀਦਾ ਹੈ। ਸਭ ਤੋਂ ਵੱਡੀ ਗੱਲ ਕਿ ਜਿਹੜਾ ਵੀ ਆਪਾਂ ਚੋਣ ਮੈਨੀਫੈਸਟੋ ਵਿੱਚ ਵਾਅਦਾ ਕਰੀਏ ਉਹ ਸਮੇਂ ਅਨੁਸਾਰ ਪੂਰਾ ਹੋਵੇ ਤਾਂ ਕਿ ਲੋਕਾਂ ਨੂੰ ਹਰ ਇੱਕ ਉਸਦਾ ਲਾਭ ਜਿਹੜਾ ਹੈ ਪਹੁੰਚ ਸਕੇ ਅਤੇ ਉਹ ਸਕੀਮਾਂ ਸਹੀ ਤਰੀਕੇ ਨਾਲ ਜਿਸ ਉਦੇਸ਼ ਦੇ ਨਾਲ ਉਲੀਕੀਆਂ ਜਾਂਦੀਆਂ ਉਸੇ ਉਦੇਸ਼ ਦੇ ਨਾਲ ਹੀ ਲਾਗੂ ਹੋਣ। ਇਹ ਹਰ ਇੱਕ ਰਾਜਨੀਤਿਕ ਪਾਰਟੀ ਨੂੰ ਇਸ ਗੱਲ 'ਤੇ ਬਹੁਤ ਗੌਰ ਕਰਨਾ ਚਾਹੀਦਾ ਕਿ ਚੋਣ ਮੈਨੀਫੈਸਟੋ ਤਿਆਰ ਕਰਨ ਲੱਗਿਆਂ ਉਸ ਨੂੰ ਇਸ ਤਰੀਕੇ ਨਾਲ ਕੀਤਾ ਜਾਵੇ ਕਿ ਉਹ ਲਾਗੂ ਵੀ ਹੋ ਸਕੇ। ਅਤੇ ਇੱਥੇ ਰੋਪੜ ਦੇ ਆਪਾਂ ਗੱਲ ਕਰੀਏ ਇਹਦੀ ਵੀ ਸਪੋਰਟਸ ਨਾਲ ਰਿਲੇਟਡ, ਤਾਂ ਸਭ ਤੋਂ ਪਹਿਲਾਂ ਹੈਗਾ ਹੈ ਕਿ ਆਪਣੇ ਜਿਹੜੇ ਹੋਰ ਗੇਮਸ ਹਜੇ ਕੋਚਿਸ ਇੱਥੇ ਪ੍ਰੋਵਾਈਡ ਹੋ ਵੀ ਰਹੇ ਨੇ, ਪਰ ਇੱਥੇ ਇੰਨਾ ਸੋਹਣਾ ਗਰਾਊਂਡ ਹੋਣ ਦੇ ਬਾਵਜੂਦ ਕਿ ਅਥਲੈਟਿਕ ਦਾ ਇੱਕ ਬਹੁਤ ਵਧੀਆ ਆਪਣੇ ਕੋਲ ਟਰੈਕ ਹੈਗਾ ਆ, ਬਟ ਇੱਥੇ ਕੋਚ ਨਹੀਂ ਹੈਗਾ ਕਿ ਕਿਸੇ ਵੀ ਇਵੈਂਟ ਨੂੰ ਲੈ ਕੇ ਅਥਲੈਟਿਕ ਦੇ ਵਿੱਚ ਕੋਚਿੰਗ ਦੀ ਸਭ ਤੋਂ ਵੱਡੀ ਘਾਟ ਆ। ਵੀ ਸਭ ਤੋਂ ਪਹਿਲਾਂ ਇੱਥੇ ਕੋਚ ਹੋਣਾ ਚਾਹੀਦਾ, ਉਹ ਤੋਂ ਬਾਅਦ ਕੋਚ ਚੰਗਾ ਹੋਣਾ ਅਤੇ ਕੁਆਲੀਫਾਈਡ ਕੋਚ ਰੱਖਿਆ ਜਾਵੇ ਕਿ ਇੱਥੇ ਕੁਆਲੀਫਾਈਡ ਕੋਚ ਹੋਵੇ, ਚੰਗੀ ਕੋਚਿੰਗ ਦਿੱਤੀ ਜਾ ਸਕੇ। ਬੱਚੇ ਬਹੁਤ ਖੇਡਣਾ ਚਾਹੁੰਦੇ ਨੇ, ਬਹੁਤ ਜ਼ਿਆਦਾ ਆਉਂਦੇ ਨੇ ਇੱਥੇ ਪ੍ਰੈਕਟਿਸ ਦੇ ਲਈ, ਬਟ ਕੋਚ ਨਾ ਹੋਣ ਕਾਰਨ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਆ ਉਰੇ। ਅਤੇ ਕੋਚ ਹੋਣਾ ਚਾਹੀਦਾ, ਉਹ ਤੋਂ ਬਾਅਦ ਚੰਗੀ ਡਾਇਟ ਪ੍ਰੋਵਾਈਡ ਕਰਾਉਣੀ ਚਾਹੀਦੀ ਹੈ ਬੱਚਿਆਂ ਨੂੰ ਕਿ ਇਹ ਬੱਚੇ ਵਧੀਆ ਇੰਟਰਸਟ ਹੋਰ ਲੈਣ ਡਾਇਟ ਕਰਕੇ। ਹੋਰ ਬੱਚੇ ਜਿਵੇਂ ਗਰੀਬ ਘਰਾਂ ਦੇ ਬੱਚੇ ਉਹ ਡਾਇਟ ਕਰਕੇ ਨਹੀਂ ਆ ਪਾਉਂਦੇ ਕਿ ਉਹਨਾਂ ਨੂੰ ਪ੍ਰੋਪਰ ਖਾਣਾ ਹੀ ਨਹੀਂ ਮਿਲਦਾ, ਉਹਨਾਂ ਦੀ ਬੋਡੀ ਨਹੀਂ ਉਸ ਲੈਵਲ ਦੀ ਹੈਗੀ ਕਿ ਉਹ ਖੇਡ ਸਕਣ। ਇਸ ਲਈ ਉਹਨਾਂ ਦੀ ਪ੍ਰੋਪਰ ਉਹਨਾਂ ਨੂੰ ਖਾਣੇ ਦਾ ਪ੍ਰਬੰਧ ਹੋਣਾ ਚਾਹੀਦਾ, ਵੀ ਉਹਨਾਂ ਦੀ ਡਾਇਟ ਦੀ ਪ੍ਰੋਬਲਮ ਨਾ ਆਵੇ। ਇੱਕ ਕੋਚਿੰਗ ਹੋਣੀ ਚਾਹੀਦੀ ਆ, ਉਸ ਤੋਂ ਬਾਅਦ ਜੀ ਕੋਚਿੰਗ ਦੇ ਨਾਲ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੀ ਪੋਲੀਟੀਕਲੀ ਜਿਹੜੀ ਹੁੰਦੀਆਂ ਨਾ ਵੀ ਆਪਣੇ ਵਧੀਆ ਪਰਫੋਰਮ ਕਰਦੇ ਨੇ ਜਿਹੜੇ ਬੱਚੇ, ਉਹਨਾਂ ਨੂੰ ਦੱਬ ਦਿੱਤਾ ਜਾਂਦਾ ਹੈ ਕਿ ਸਿਫਾਰਿਸ਼ ਆ ਜਾਂਦੀ ਆ ਕਿ ਬੱਚਿਆਂ ਨੂੰ ਖੇਡਣ ਹੀ ਨਹੀਂ ਦਿੱਤਾ ਜਾਂਦਾ। ਮੇਨਲੀ ਕਿ ਜਿਹੜਾ ਬੱਚਾ ਉੱਪਰ ਉੱਠ ਰਿਹਾ ਆ ਉਹਨੂੰ ਹੋਰ ਵਧੀਆ ਕਰਨ ਦੇ ਲਈ ਕਿ ਉਹਨੂੰ ਉਹਨੂੰ ਖੇਡਣ ਦਾ ਮੌਕਾ ਦਿੱਤਾ ਜਾਵੇ ਕਿ ਜੋ ਬੈਸਟ ਆ ਤਾਂ ਉਹਨੂੰ ਖਿਡਾਇਆ ਜਾਵੇ, ਅਗਲੇ ਲੈਵਲ 'ਤੇ ਪਹੁੰਚਾਇਆ ਜਾਵੇ। ਅਸੀਂ ਤਾਂ ਹਮੇਸ਼ਾ ਹੀ ਚਾਹੁੰਦੇ ਹਾਂ ਕਿ ਜੋ ਲੋਕਾਂ ਦਾ ਪੈਸਾ ਟੈਕਸਿਸ ਦੇ ਤੌਰ 'ਤੇ ਸਰਕਾਰ ਕੋਲ ਜਮ੍ਹਾਂ ਹੁੰਦਾ ਉਹ ਪੈਸਾ ਪ੍ਰੋਪਰ ਵਰਤੋਂ ਵਿੱਚ ਆਵੇ। ਅਗਰ 1 ਰੁਪਿਆ ਸਰਕਾਰ ਕੋਲ ਇਕੱਠਾ ਹੁੰਦਾ ਤਾਂ ਉਹ 1 ਰੁਪਿਆ ਅਗਰ ਸਿਸਟਮ ਵਿੱਚ ਪ੍ਰੋਪਰ ਇਸਤੇਮਾਲ ਹੋਵੇ ਤਾਂ ਸਾਡਾ ਦੇਸ਼ ਕਿਸੇ ਤੋਂ ਪਿੱਛੇ ਨਹੀਂ ਹੈ। ਸਾਨੂੰ ਕਿਸੇ ਕੰਟਰੀਜ਼ ਤੋਂ ਕੋਈ ਇੰਪੋਰਟ ਕਰਨ ਦੀ ਲੋੜ ਨਹੀਂ ਪੈਣੀ ਹੈ, ਕਿਉਂਕਿ ਸਾਰੀ ਚੀਜ਼ਾਂ ਅਸੀਂ ਆਪਣੇ ਕੋਲ ਮੈਨੂਫੈਕਚਰ ਕਰ ਸਕਦੇ ਹਾਂ। ਸਾਡੀ ਜਿਹੜਾ ਲਘੂ ਉਦਯੋਗ ਹੈ ਉਸਨੂੰ ਬੜਾਵਾ ਮਿਲੇਗਾ, ਕਿਉਂਕਿ ਅਗਰ ਪ੍ਰੋਪਰ ਇਨਫਰਾਸਟ੍ਰਕਚਰ ਡਿਵੈਲਪ ਕਰਨਾ ਤਾਂ ਪੈਸੇ ਚਾਹੀਦੇ ਹੈ, ਪੈਸੇ ਸਾਡੀ ਕੰਟਰੀ 'ਚ ਬਹੁਤ ਜ਼ਿਆਦਾ ਹੈ, ਉਸ ਪੈਸੇ ਨੂੰ ਪ੍ਰੋਪਰ ਯੂਜ਼ ਕਰਨ ਦੀ ਲੋੜ ਹੈ।
ਤਾਂ ਸਾਡਾ ਸੁਝਾਵ ਤਾਂ ਇਹ ਹੈ ਕਿ ਉਹ ਪ੍ਰੋਪਰ ਪੈਸਾ ਜਿਹੜਾ ਹੈਗਾ ਉਹ ਚੰਗੇ ਤਰੀਕੇ ਨਾਲ ਇੱਕ ਇੱਕ ਰੁਪਇਆ ਪ੍ਰੋਪਰ ਅਕਾਊਂਟੇਬਲ ਹੋਵੇ, ਜੋ ਵੀ ਪਾਰਟੀ ਜਾਂ ਜੋ ਵੀ ਔਰਗਨਾਈ ਜੋ ਵੀ ਬਿਊਰੋਕਰੈਟਸ ਜਾਂ ਜੋ ਵੀ ਪਾਰਟੀ ਹੈ ਉਸ ਪੈਸੇ ਨੂੰ ਇਸਤੇਮਾਲ ਕਰਨ ਵਾਸਤੇ ਕੋਈ ਡਾਇਰੈਕਸ਼ਨ ਦਿੰਦੀ ਹੈ ਉਹ ਅਕਾਊਂਟੇਬਲ ਹੋਣੀ ਚਾਹੀਦੀ ਹੈ, ਤਾਂ ਕਿ ਇੱਕ ਇੱਕ ਚੀਜ਼ ਦਾ ਹਿਸਾਬ ਪਬਲਿਕ ਨੂੰ ਮਿਲੇ ਕਿ ਜਿਹੜਾ ਸਾਡਾ ਪੈਸਾ ਹੈ ਉਹ ਕਿੱਥੇ ਇਸਤੇਮਾਲ ਹੋ ਰਿਹਾ, ਤਾਂ ਕਿ ਲੋਕਾਂ ਨੂੰ ਬੜਾਵਾ ਮਿਲੇ ਕਿ ਉਹ ਹੋਰ ਟੈਕਸਿਸ ਦੇਣ ਵਾਸਤੇ ਜਾਂ ਉਹਨਾਂ ਦੇ ਮਨ 'ਚ ਇਹ ਨਾ ਹੋਵੇ ਕਿ ਟੈਕਸਿਸ ਦੇਣ ਦਾ ਫਾਇਦਾ ਕੋਈ ਨਹੀਂ ਹੈ, ਟੈਕਸਿਸ ਸਾਨੂੰ ਦੇਵਾਂਗੇ ਅਸੀਂ ਸਾਡੇ ਦੇਸ਼ ਦੀ ਡਿਵੈਲਪਮੈਂਟ ਹੋਏਗੀ, ਉਹਨਾਂ ਦੀ ਆਪਣੀ ਡਿਵੈਲਪਮੈਂਟ ਹੋਏਗੀ। ਇਸ ਲਈ ਸਾਡਾ ਬਹੁਤ ਹੀ ਇਹ ਇੰਪੋਰਟੈਂਟ ਸੁਝਾਵ ਇਹ ਹੈ ਕਿ ਪੈਸੇ ਦਾ ਸਹੀ ਵਰਤੋਂ ਇਸ ਚੋਣ ਮੈਨੀਫੈਸਟੋ ਦੇ ਵਿੱਚ ਅਗਰ ਇੰਕਲੂਡ ਕਰ ਲਿੱਤਾ ਜਾਵੇ ਤਾਂ ਇਸ ਤੋਂ ਵਧੀਆ ਕੋਈ ਰੀਸ ਨਹੀਂ ਹੈ। ਦੇਖੋ, ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਜੋ ਵਪਾਰੀ ਆ, ਕੋਈ ਦੁਕਾਨਦਾਰ ਆ, ਭਾਵੇਂ ਛੋਟੇ ਤੋਂ ਛੋਟਾ ਵੀ ਆ, ਉਹ ਸਰਕਾਰ ਤੋਂ ਕਦੇ ਕੁਛ ਨਹੀਂ ਮੰਗਦਾ, ਉਹ ਕਦੇ ਕੋਈ ਹੜਤਾਲ ਨਹੀਂ ਕਰਦਾ, ਕੋਈ ਸਹੂਲਤ ਨਹੀਂ ਮੰਗਦਾ, ਉਲਟਾ ਉਹ ਸਵੇਰ ਤੋਂ ਹੀ ਬਿੱਲ ਬੁੱਕ ਚੱਕ ਕੇ ਜਦੋਂ ਬਿੱਲ ਕੱਟਦਾ ਉਹ ਸਰਕਾਰ ਵਾਸਤੇ ਸ਼ਾਮ ਤੱਕ ਰਕਮ ਆ ਕੇ ਜਾਂਦਾ। ਇੱਕ ਵਪਾਰੀ ਜਿਹੜਾ ਇੱਕ ਸਰਕਾਰ ਦਾ ਜੇ ਆਪਾਂ ਕਹਿ ਲਈਏ ਸਿੱਧੇ ਲਫ਼ਜ਼ਾਂ ਦੇ ਵਿੱਚ ਫੰਡ ਕਲੈਕਟਰ ਆ, ਉਹ ਸਰਕਾਰ ਨੂੰ ਸਰਕਾਰ ਦਾ ਕਮਾਊ ਪੁੱਤਾ ਹਰ ਵਪਾਰੀ। ਪਰ ਇਹ ਦੇਖੋ ਕਿ ਜਦੋਂ ਕੋਈ ਸਰਕਾਰੀ ਮੁਲਾਜ਼ਮ ਬਿਮਾਰ ਹੁੰਦਾ ਹੈ ਉਹ ਹਸਪਤਾਲ 'ਚ ਦਾਖਲ ਹੋਏਗਾ, ਉੱਥੋਂ ਜੋ ਉਹਦਾ ਖਰਚਾ ਆਉਂਦਾ ਹੈ ਉਹ ਉਹਦਾ ਮਹਿਕਮਾ ਤੋਂ ਜਾ ਕੇ ਉਹ ਵਸੂਲ ਕਰ ਲੈਂਦਾ ਹੈਗਾ। ਯਾਨੀ ਕਿ ਸਰਕਾਰ ਆਪਣੇ ਮੁਲਾਜ਼ਮ ਵਾਸਤੇ ਹਰ ਖਰਚਾ ਕਰਨ ਨੂੰ ਤਿਆਰ ਆ, ਜਦਕਿ ਮੁਲਾਜ਼ਮ ਤਾਂ ਸਰਕਾਰ ਤੋਂ ਤਨਖਾਹ ਲੈਂਦਾ ਹੈ, ਜਿਹੜਾ ਵਪਾਰੀ ਉਹ ਸਰਕਾਰ ਨੂੰ ਕਮਾ ਕੇ ਦਿੰਦਾ ਹੈ। ਉਸ ਕਮਾਊ ਪੁੱਤ ਵਾਸਤੇ ਸਰਕਾਰ ਦੀ ਅੱਜ ਤੱਕ ਕਿਸੇ ਵੀ ਪਾਰਟੀ ਨੇ ਇਹ ਚੋਣ ਮੈਨੀਫੈਸਟੋ 'ਚ ਨਹੀਂ ਪਾਇਆ ਕਿ ਉਹਦੇ ਵਾਸਤੇ ਕੋਈ ਪੋਲਿਸੀ ਬਣਾਈ ਜਾਵੇ, ਉਹ ਆਪਣਾ ਇਲਾਜ ਕਰਾਉਣਾ ਚਾਹੇ ਉਹਦਾ ਇਲਾਜ ਫਰੀ ਹੋਵੇ, ਜਾਂ ਸਰਕਾਰ ਉਹਨੂੰ ਮੁਲਾਜ਼ਮ ਦੀ ਤਰਜ਼ 'ਤੇ ਹੀ ਜੋ ਫੰਡ ਦਿੱਤਾ ਜਾਵੇ ਉਹਦੇ ਜੋ ਖਰਚਾ ਹੋਇਆ ਹੈ ਉਹਦਾ ਦਿੱਤਾ ਜਾਵੇ। ਤੋ ਇਹ ਸਭ ਤੋਂ ਜ਼ਰੂਰੀ ਚੀਜ਼ ਆ ਕਿ ਚੋਣ ਮੈਨੀਫੈਸਟੋ ਦੀ ਜੇ ਗੱਲ ਪਾਈ ਜਾਵੇ ਕਿ ਵਪਾਰੀ ਦੀ ਸਿਕਿਉਰਿਟੀ ਸਿਕਿਉਰ ਕਿਵੇਂ, ਉਹਦੀ ਜ਼ਿੰਦਗੀ ਵਾਸਤੇ ਸੋਸ਼ਲ ਉਹਦੀ ਲਾਈਫ ਵਾਸਤੇ ਸਰਕਾਰ ਕੀ ਕਰਨਾ ਚਾਹੁੰਦੀ ਆ, ਉਹ ਚੋਣ ਮੈਨੀਫੈਸਟੋ ਦੇ ਵਿੱਚ ਜ਼ਰੂਰ ਹਰ ਪਾਰਟੀ ਨੂੰ ਪਾਉਣਾ ਚਾਹੀਦਾ ਹੈ ਅਤੇ ਲਾਗੂ ਵੀ ਹੋਣਾ ਚਾਹੀਦਾ। ਚੋਣ ਮੈਨੀਫੈਸਟੋ ਦੇ ਵਿੱਚ ਅਸੀਂ ਕਹਾਂਗੇ ਕਿ ਜਿਹੜਾ ਐਜੂਕੇਸ਼ਨ ਹੈ ਔਰ ਇੱਕ ਹੈਲਥ ਹੈ, ਇਹ ਦੋ ਚੀਜ਼ਾਂ ਦਾ ਮੁੱਖ ਮੁੱਦਾ ਹੋਣਾ ਚਾਹੀਦਾ। ਸਾਰੀਆਂ ਪਾਰਟੀਆਂ ਲੋਕਾਂ ਨੂੰ ਗੁੰਮਰਾਹ ਕਰਦੀਆਂ, ਝੂਠ ਬੋਲਦੀਆਂ, ਚੋਣ ਮੈਨੀਫੈਸਟੋ ਜੋ ਵੀ ਵਾਅਦਾ ਕਰਦੀਆਂ ਨੇ ਉਹਨੂੰ ਪੂਰਾ ਨਹੀਂ ਕਰਦੀਆਂ। ਸਾਡੇ ਮੁਤਾਬਕ ਇਹ ਕਿ ਜੋ ਐਜੂਕੇਸ਼ਨ ਹੈ, ਬੱਚੇ ਐਜੂਕੇਟ ਹੋਣੇ ਚਾਹੀਦੇ ਤਾਂ ਕਿ ਹਰੇਕ ਗਰੀਬ ਪਰਿਵਾਰ ਦਾ ਵੀ ਬੱਚਾ ਜਿਹੜਾ ਉਹ ਪੜ੍ਹ ਸਕੇ, ਪੜ੍ਹ ਕੇ ਦੇਸ਼ ਦਾ ਕੋਈ ਚੰਗਾ ਨਾਗਰਿਕ ਬਣ ਸਕੇ ਔਰ ਦੇਸ਼ ਸਾਡਾ ਤਰੱਕੀ ਕਰ ਸਕੇ। ਐਜੂਕੇਸ਼ਨ ਔਰ ਹੈਲਥ ਜਿਹੜਾ ਇਹ ਦੋ ਮੇਨ ਮੁੱਦੇ ਹੋਣੇ ਚਾਹੀਦੇ ਹੈ ਜੋ ਸਾਰੀਆਂ ਪਾਰਟੀਆਂ ਨੂੰ ਇਮਾਨਦਾਰੀ ਨਾਲ ਲਾਗੂ ਕਰਨੇ ਚਾਹੀਦੇ, ਵਾਅਦਾ ਨਿਭਾਉਣਾ ਚਾਹੀਦਾ। ਪਹਿਲੀ ਗੱਲ ਤਾਂ ਇਹੀ ਹੈ ਜੀ, ਯੂਥ ਨੂੰ ਸਭ ਤੋਂ ਪਹਿਲਾਂ ਜ਼ਰੂਰੀ ਚਾਹੀਦੀ ਪੜ੍ਹਾਈ, ਪੜ੍ਹਾਈ ਤੋਂ ਬਾਅਦ ਨੌਕਰੀ। ਅੱਜ ਕੱਲ੍ਹ ਦਾ ਜੋ ਯੂਥ ਹੈ ਸਾਰਾ ਕਨੇਡਾ ਅਮਰੀਕਾ ਜਾ ਰਿਹਾ ਹੈ, ਜਿਸ ਕਰਕੇ ਪੰਜਾਬ 'ਚ ਬਹੁਤ ਬੇਰੁਜ਼ਗਾਰੀ ਵੱਧ ਰਹੀ ਹੈ। ਚਾਹੇ ਜਿਹੜੀ ਮਰਜ਼ੀ ਪਾਰਟੀ ਹੋਵੇ, ਯੂਥ ਨੂੰ ਉਹਦੇ ਵਿੱਚ ਕੁਛ ਸਹੂਲਤ ਮਿਲਣੀ ਚਾਹੀਦੀ ਹੈ। ਅਸੀਂ ਸਭ ਤੋਂ ਪਹਿਲਾਂ ਜੀ ਜੇ ਦੇਸ਼ ਦੀ ਜਿਹੜੀ ਇਕਨੋਮੀ ਹੈ ਉਹਦੇ ਬਾਰੇ ਦੇਖ ਕੇ ਵੋਟ ਪਾਉਂਗੇ। ਜਿਸ ਤਰੀਕੇ ਨਾਲ ਸਾਡੀ ਦੇਸ਼ ਦੀ ਇਕਨੋਮੀ ਸਟਰੋਂਗ ਹੋ ਰਹੀ, ਅਸੀਂ ਉਸੇ ਬੰਦੇ ਨੂੰ ਵੋਟ ਪਾਉਂਗੇ ਜਿਹੜਾ ਸਾਡੇ ਦੇਸ਼ ਦੀ ਤਰੱਕੀ ਲਈ ਕੰਮ ਕਰੇਗਾ ਜੀ। ਦੂਜੀ ਗੱਲ ਜੀ, ਜਿੱਦਾਂ ਹੁਣ ਗਰੀਬੀ ਹੈ, ਜਿਹੜਾ ਗਰੀਬ ਬੰਦਾ ਉਹਦੇ ਵਾਸਤੇ ਕੰਮ ਕਰਨਾ ਚਾਹੀਦਾ, ਜੇ ਨਾ ਕਿ ਮਤਲਬ ਹੋਰ ਜਿਹੜੇ ਅਮੀਰ ਬੰਦੇ ਨੇ ਉਹਨਾਂ ਵਾਸਤੇ ਜੀ। ਸਭ ਤੋਂ ਪਹਿਲੇ ਜਿਹੜੀ ਗਰੀਬੀ ਇੱਦਾਂ ਹੀ ਹਟਣੀ ਹੈ ਜੀ, ਅਤੇ ਗਰੀਬ ਬੰਦੇ ਦੀ ਪਹਿਲੇ ਤਾਂ ਜੋ ਵੀ ਸਕੀਮਾਂ ਹੈਗੀਆਂ ਜੀ ਉਹਦੇ ਤੱਕ ਪ੍ਰੋਪਰ ਪਹੁੰਚੀਆਂ ਜਾਣੀਆਂ ਚਾਹੀਦੀਆਂ ਜੀ। ਨਹੀਂ ਤਾਂ ਇੱਦਾਂ ਦੀਆਂ ਸਕੀਮਾਂ ਕੁਛ ਉੱਪਰ 'ਤੇ ਆਉਂਦੀਆਂ, ਜੇ ਪ੍ਰੋਪਰ ਜਿਹੜਾ ਗਰੀਬ ਬੰਦਾ ਉਹਦੇ ਤੱਕ ਪਹੁੰਚਦੀਆਂ ਨੇ ਜੀ। ਤਾਂ ਆਪਣੀ ਇਹੀ ਦਰਖਾਸਤ ਹੈ ਜੀ ਕਿ ਸਭ ਤੋਂ ਪਹਿਲੇ ਜੀ ਉਹਨਾਂ ਬੰਦੇ ਨੂੰ, ਗਰੀਬ ਬੰਦਿਆਂ ਨੂੰ ਜੀ ਉੱਪਰ ਚੱਕੋ ਜੀ। ਬਾਕੀ ਦਾ ਮਤਲਬ ਬਾਕੀ ਸਾਰੀ ਗਰੀਬੀ ਤਾਂ ਹੀ ਦੂਰ ਹੋਊਗੀ, ਦੇਸ਼ ਤਾਂ ਹੀ ਤਰੱਕੀ ਕਰੂਗਾ, ਬੇਰੁਜ਼ਗਾਰੀ ਦੂਰ ਕਰੂਗਾ, ਨੌਕਰੀਆਂ ਦਊਗਾ ਸਾਡੇ ਇਲਾਕੇ ਦੇ ਵਿੱਚ, ਅਤੇ ਅਸੀਂ ਉਸ ਬੰਦੇ ਨੂੰ ਹੀ ਸਪੋਰਟ ਕਰਾਂਗੇ ਜੋ ਮਤਲਬ ਵਧੀਆ ਸਾਡੇ ਇਲਾਕੇ ਬਾਰੇ ਸੋਚੂਗਾ। ਧਰਮ ਦੇ ਮੁੱਦੇ 'ਤੇ ਇੱਦਾਂ ਜੀ ਹਰ ਬੰਦੇ ਨੂੰ ਇਨਸਾਨ ਸਮਝਣਾ ਚਾਹੀਦਾ। ਅਸੀਂ ਧਰਮ ਦੇ ਨਾਂ 'ਤੇ ਕੋਈ ਇੱਦਾਂ ਦੀ ਮਤਲਬ ਕੋਈ ਵੋਟ ਵਾਲਾ ਸ਼ੋਰ ਸ਼ਰਾਬਾ ਨਹੀਂ ਕਰਨਾ ਚਾਹੁੰਦੇ ਆ, ਪਰ ਇਹ ਮਤਲਬ ਹੋਣਾ ਵੀ ਨਹੀਂ ਚਾਹੀਦਾ। ਅਸੀਂ ਮਤਲਬ ਇੱਕ ਬੰਦੇ ਨੂੰ ਵੋਟ ਕਰਾਂਗੇ ਜੋ ਸਹੀ ਬੰਦਾ ਆਪਣੇ ਇਲਾਕੇ ਬਾਰੇ ਸੋਚੇਗਾ। ਮੌਜੂਦਾ ਸਮੇਂ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਲੋੜ ਹੈ ਉਹ ਸਾਡੇ ਨੌਜਵਾਨਾਂ ਨੂੰ ਸਮਝਣ ਦੀ ਹੈ। ਜਿੱਥੇ ਉਹ ਡਿਗਰੀਆਂ ਪ੍ਰਾਪਤ ਕਰਕੇ ਅਜੇ ਨੌਕਰੀ ਦੇ ਯੋਗ ਨਹੀਂ ਹੋ ਰਹੇ, ਮੇਰੇ ਖਿਆਲ ਹੈ ਕਿ ਹਰ ਇੱਕ ਪੋਲੀਟੀਕਲ ਪਾਰਟੀ ਨੂੰ ਕੁਝ ਇਸ ਤਰ੍ਹਾਂ ਦਾ ਮੈਨੀਫੈਸਟੋ ਦੇ ਵਿੱਚ ਉਹ ਕਰਨਾ ਚਾਹੀਦਾ ਕਿ ਜਦੋਂ ਸਾਡੇ ਵਿਦਿਆਰਥੀ ਜਾਂ ਨੌਜਵਾਨ ਜਿਹੜੇ ਨੇ ਉਹ ਡਿਗਰੀਆਂ ਪ੍ਰਾਪਤ ਕਰਕੇ ਕਾਲਜਾਂ 'ਚੋਂ ਯੂਨੀਵਰਸਿਟੀਆਂ ਦੇ ਵਿੱਚੋਂ ਬਾਹਰ ਨਿਕਲਣ ਤਾਂ ਉਹਨਾਂ ਕੋਲ ਲੋੜੀਂਦਾ ਸਕਿੱਲ ਹੋਵੇ। ਸੋ ਇਸ ਕਰਕੇ ਸਿੱਖਿਆ ਸਭ ਤੋਂ ਪ੍ਰਾਇਰਟੀ 'ਤੇ ਰੱਖਣੀ ਚਾਹੀਦੀ ਹੈ, ਉਸ ਤੋਂ ਬਾਅਦ ਸਿਹਤ ਆਉਂਦੀ ਹੈ, ਅਤੇ ਸੱਭਿਆਚਾਰ ਬਾਰੇ ਵੀ ਸਾਡੀਆਂ ਪੋਲੀਟੀਕਲ ਪਾਰਟੀਆਂ ਨੂੰ ਬਹੁਤ
ਧਿਆਨ ਦੇ ਨਾਲ ਮੈਨੂਫੈਸਟੋ ਬਣਾਉਣਾ ਚਾਹੀਦਾ ਅਤੇ ਇਸ ਤਰ੍ਹਾਂ ਦਾ ਮੈਨੂਫੈਸਟੋ ਪਲੈਨ ਕਰਨਾ ਚਾਹੀਦਾ ਕਿ ਉਹ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਉਹ ਪੂਰਾ ਹੋ ਸਕੇ, ਨਾ ਕਿ ਸਿਰਫ ਵਾਅਦੇ। ਅਸੀਂ ਗੱਲ ਕੀਤੀ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਦੀ, ਅਤੇ ਇਸ ਸੀਟ ਤੋਂ ਕਿਸ ਉਮੀਦਵਾਰ ਦੀ ਜਿੱਤ ਹੋਵੇਗੀ ਇਹ ਤਾਂ 23 ਮਈ ਨੂੰ ਹੀ ਪਤਾ ਲੱਗੇਗਾ। ਸੋ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਫਿਰ ਹਾਜ਼ਰ ਹੋਵਾਂਗੇ ਇੱਕ ਹੋਰ ਲੋਕ ਸਭਾ ਸੀਟ ਨਾਲ। ਅੱਜ ਦੇ ਲਈ ਇੰਨਾ ਹੀ, ਮੈਨੂੰ ਦਿਓ ਇਜਾਜ਼ਤ, ਧੰਨਵਾਦ।